ਜੀ ਭਾਈ ਠੀਕ ਹੈ, ਕਰੋ ਤੁਸੀਂ ਸ਼ੁਰੂ। ਮੌਜੂਦਾ ਹੀ ਕੈਮਰੇ ਉੱਤੇ ਫਿੱਟ ਕੀਤੇ ਨੇ। ਠੀਕ ਹੈ ਭਾਈ, ਇਹਨਾਂ ਚੋਈ ਸ਼ੁਰੂ ਕਰ ਦਿੱਤੀ ਹੈ। 3.5 ਲੱਖ M3 ਮਾਸ਼ਾਅੱਲਾ ਜੀ, ਇੱਕ ਬਾਲਟੀ ਮੁਕੰਮਲ ਹੋਣ ਦੇ ਨਜ਼ਦੀਕ ਹੈ। ਸੁਬਾਹ ਦੂਸਰਾ ਸੂਈ ਰਵੇਲ ਕਰ ਗਈ ਮਾਸ਼ਾਅੱਲਾ ਜੀ, ਸੋਹਣੇ ਦੋਹਰੇ ਥਣ ਲੱਗੇ ਨੇ ਮਾਸ਼ਾਅੱਲਾ ਜੀ। ਲਿਬਾਸ ਜੀ ਦੋਸਤਾਂ ਵੇਖਣਾ ਵੇ ਕਿਦੋਂ ਦੀ ਸੂਈ ਹੈ ਜੀ। ਅਸਲਾਮੁ ਅਲੈਕੁਮ ਸੱਜਣਾ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਬੁੱਧ ਦਾ, ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਤੇ ਮਸ਼ਹੂਰ ਵਪਾਰੀ ਤੇ ਆਪਣੇ ਕੰਮ ਦੇ ਖਿਲਾੜੀ ਮੁਹੰਮਦ ਇਮਰਾਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਭਾਈ ਇਮਰਾਨ ਸਾਹਿਬ, ਅੱਜ ਦੀ ਇਸ ਵੀਡੀਓ 'ਚ ਦੋਸਤਾਂ ਵਾਸਤੇ 5 ਖੂਬਸੂਰਤ ਨਸਲੀ ਚੋਟੀਆਂ, ਇਸ ਤੋਂ ਇਲਾਵਾ ਇੱਕ ਖੂਬਸੂਰਤ ਟਾਪ ਕਲਾਸ ਪਹਿਲਵਾਨ ਗਾਂ ਵੀ ਲੈ ਕੇ ਆਏ ਨੇ। ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 13-14 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ, ਕੀਮਤ ਹੈ, ਉਹ ਵੀ ਮਲੂਮ ਕਰਦੇ ਹਾਂ। ਵੀਰ ਇਮਰਾਨ ਸਾਹਿਬ ਆਓ ਜੀ ਸਾਹਮਣੇ। ਮਾਸ਼ਾਅੱਲਾ ਜੀ ਜਾਨਵਰ ਹੋਰ ਵੀ ਹੈ ਨੇ, ਲੇਕਿਨ ਵੀਡੀਓ 'ਚ 5 ਝੋਟੀਆਂ ਤੇ ਇੱਕ ਗਾਂ ਸ਼ਾਮਲ ਕਰਾਂਗੇ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਕੀ ਹਾਲ ਭਾਈ ਫਰਾਜ਼, ਠੀਕ ਠਾਕ ਹੋ ਜੀ? ਭਾਈ ਇਮਰਾਨ, ਅੱਲਾ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਬੜਾ ਕਰਮ ਹੈ। ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ, ਅੱਲਾ ਦੀ ਜ਼ਾਤ ਦਾ ਬੜਾ ਸ਼ੁਕਰ, ਅਲਹਮਦੁਲਿਲਾ। ਮਾਸ਼ਾਅੱਲਾ ਜੀ ਆ ਰਹੇ ਜੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ, ਸ਼ੌਕ ਅੱਛਾ ਕਰਾਂਦੇ ਹੋ। ਮਾਸ਼ਾਅੱਲਾ ਜੀ ਪੁਰਾਣੇ ਖਿਲਾੜੀ ਵੀ ਇਸ ਕੰਮ ਦੇ, ਜਾਨਵਰ ਵੀ ਅੱਛੇ ਹੁੰਦੇ ਨੇ, ਰੇਟ ਵੀ ਅੱਛੇ ਹੁੰਦੇ ਨੇ। ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਭਾਜੀ ਅੱਜ ਤਾਂ ਮੈਂ ਨਾ ਤੁਸੀਂ ਕਰਾ ਹੋ, ਮੇਰੇ ਕੋਲ ਤਾਂ ਬੋਲਿਆ ਨਹੀਂ ਜਾਣ ਡਿਆ, ਗਲਾ ਖਰਾਬ। ਤਬੀਅਤ ਤੁਹਾਡੀ ਤੇ ਠੀਕ? ਚਲੋ ਅਸੀਂ ਕਰਾ ਦਿੰਦੇ ਹਾਂ। ਮਸ਼ਹੂਰ ਪਿੰਡ ਥਰੋ ਮੰਡੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਤੇ ਮਸ਼ਹੂਰ ਹਾਂ ਕੀਤਾ ਰਲ ਮਿਲ ਕੇ, ਬਲਕਿ ਪੁਰਾਣਾ ਵੀ ਮਸ਼ਹੂਰ, ਤੁਸੀਂ ਦੱਸ ਦਿਓ। ਬਿਲਕੁਲ ਜੀ ਬਿਲਕੁਲ, ਪੁਰਾਣਾ ਤਰੀਖੀ ਪਿੰਡ ਹੈ ਜੀ। ਖੜਾ ਕੀ ਅੱਜ? ਬਿਲਕੁਲ ਜੀ ਬਿਲਕੁਲ, ਖੜਾ ਕੇ ਇਨਸ਼ਾਅੱਲਾ ਠੀਕ ਕਰਾਈਏ ਸ਼ੋਕ। ਆਓ ਜੀ ਭਾਈ ਨਵੀਰ ਸਾਹਿਬ, ਝੋਟੀਆਂ ਤੋਂ ਸ਼ੁਰੂ ਕਰ ਲਵੋ। ਗਾਂ ਇੱਕ ਹੈ ਅਸੀਂ ਖਾਂ ਕੋਲੋਂ ਸਾਹਮਣੇ, ਭਾਈ ਜੀ ਚਾਹੁੰਦੇ ਨੇ ਪੇ, ਉਹ ਸੇਲ ਹੋ ਗਈ ਹੈ ਸਾਡੇ ਸਾਹਮਣੇ, ਸੇਲ ਹੋਈ ਨਹੀਂ ਤੇ ਦੋਸਤਾਂ ਨੂੰ ਵੀਡੀਓ 'ਚ ਉਹਦਾ ਸ਼ੋਅ ਕਰਵਾਉਣਾ ਸੀ। ਹੁਣ ਝੋਟੀਆਂ ਤੋਂ ਸ਼ੁਰੂ ਕਰਦੇ ਹਾਂ। ਪਿਆਰਾ ਭਾਈ ਬਹੁਤੀ ਅੱਗੇ ਨਹੀਂ ਜਾਣਾ, ਹਲਕਾ ਜੇ ਅੰਦਰ ਨੂੰ ਟੋਰਨਾ। ਅੱਛਾ ਪਹਿਲੇ ਖਿਲਾਰੋ ਜ਼ਰਾ, ਜੀ ਸਾਹਮਣੇ ਚੈੱਕ ਕਰਾਓ, ਇਹ ਚੈੱਕ ਕਰੋ। ਮਾਸ਼ਾਅੱਲਾ ਜੀ ਪਹਿਲਨ ਬ੍ਰਾਂਡ ਹੈ, ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੇ ਰੰਗ ਸੇਮ ਹੈ। ਮਾਸ਼ਾਅੱਲਾ ਜੀ ਹੈ ਵੀ ਸਿਹਤਮੰਦ ਹੈ, ਜਿਸਮ ਤੇ ਪਸ਼ਮ ਚੈੱਕ ਕਰਨੀ ਹੈ। ਦੋਂਦੀ ਮਾਸ਼ਾਅੱਲਾ ਜੀ ਪਹਿਲਵਾਨ, ਪਹਿਲਾਂ ਨੇ ਦੋਂਦੀ ਹੈ ਤੇ ਬਾਡੀ ਸਕੋਰ ਚੈੱਕ ਕਰਨਾ ਜੀ, ਵੱਛੀਆਂ ਤੇ ਅਸੀਂ ਚੈੱਕ ਕਰਾਂਗੇ। ਆਹ ਚੈੱਕ ਕਰੋ ਜੀ ਦੋਂਦੀ, ਝੋਟੀਆਂ ਜਿਹੜੀਆਂ ਵੀਡੀਓ 'ਚ ਦੋਂਦੀਆਂ ਘੱਟ ਹੀ ਸ਼ਾਮਿਲ ਹੁੰਦੀਆਂ ਨੇ। ਮਾਸ਼ਾਅੱਲਾ ਜੀ ਨੰਬਰ ਆ ਗਈ ਇੱਕ ਤੇ, ਸੂਈ ਹੈ ਜੀ ਭਾਈ ਇਮਰਾਨ ਸਾਹਿਬ ਹੈ। ਮਾਸ਼ਾਅੱਲਾ ਜੀ ਨੰਬਰ ਇੱਕ ਤੇ ਚੈੱਕ ਕਰਾਉਂਦੇ ਹਾਂ ਆਪੇ, ਦੋ ਦੰਦ ਦੇ ਦੰਦ ਵੀ ਦੋਸਤਾਂ ਚੈੱਕ ਕਰਾਏ ਨੇ। ਸੁਬਾਹ ਪਹਿਲਾਂ ਸੂਈ ਹੈ ਮਾਸ਼ਾਅੱਲਾ ਜੀ, ਲਿਬਾਸ ਵੀ ਦੋਸਤਾਂ ਵੇਖਣਾ ਪਹਿਲਨ ਹੋ ਕੇ, ਸੋਹਣੇ ਮੁੱਠੀ ਥਣ ਲੱਗੇ ਨੇ, ਚੋੜਾ ਪੁੱਠਾ ਹੋਵੇ ਮਾਸ਼ਾਅੱਲਾ ਜੀ। ਦਿਨ ਕਿੰਨੇ ਹੋ ਗਏ ਨੇ ਭਾਈ ਇਮਰਾਨ ਸਾਹਿਬ ਨੂੰ? 6-7 ਦਿਨ ਹੋਏ ਜੀ, ਦੁੱਧ 11-12 ਸੇ ਦੀ ਗਰੰਟੀ ਦਿਆਂਗੇ। ਦੋਆ ਟਾਈਮਾਂ ਦਾ ਟੋਟਲ ਜਿਹੜਾ ਦੁੱਧ 11-12 ਕਿਲੋ ਵੇ, ਦਿਨ 6 ਹੋ ਗਏ ਨੇ। ਸੁਬਾ ਪਹਿਲਾ ਸੂਈ ਹੈ ਮਾਸ਼ਾਅੱਲਾ ਜੀ। ਪਿਆਰਾ ਭਾਈ ਜਾ ਕੀ ਪਿੱਛੇ ਦੇ ਕੱਟਾ ਭਾਈ, ਇਹ ਪਿੱਛੇ ਦੇ ਕੱਟਾ ਮਾਸ਼ਾਅੱਲਾ ਜੀ, ਜਾ ਵੀ ਸਿਹਤਮੰਦ ਦੇ, ਜਾ ਵੀ ਦੋਸਤਾਂ ਵੇਖਣਾ ਵੇ। ਝੋਟੀ ਨੰਬਰ 1 ਪਿਆਰਾ ਭਾਈ ਥਾਲ ਵੀ ਚੈੱਕ ਕਰਾਓ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਥਾਲ ਵੀ ਦੋਸਤਾਂ ਵੇਖ ਲੈਣੇ ਨੇ। ਲਿਆਓ ਜੀ ਬਾਈ ਸਾਹਿਬ, ਟੋਰੋ ਜ਼ਰਾ ਲੰਮੀ ਮਾਸ਼ਾਅੱਲਾ ਜੀ, ਨੰਬਰ 1 ਤੇ ਚੈੱਕ ਕਰਾਈਏ, ਦੁੱਧ 11-12 ਕਿਲੋ ਵੇ, ਪਿੱਛੇ ਦੇ ਕੱਟਾ ਵੇ ਮਾਸ਼ਾਅੱਲਾ ਜੀ। ਦੁੰਦੀ ਇਹ ਨੰਬਰ ਆ ਗਈ 1 ਤੇ ਪਹਿਲਾਂ ਨੇ ਮਾਸ਼ਾਅੱਲਾ ਜੀ, ਤੇ ਨਸਲੀ ਪਹਿਲਾਂ ਨੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਲਿਆਓ ਜੀ ਭਾਈ ਨਵੀਰ ਸਾਹਿਬ,
ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 1 ਦਾ? ਸਾਡੇ ਕੰਨ ਲਾਣੇ ਨੇ ਜਿਹੜੇ ਭਰਾ ਨੂੰ ਚੰਗੀ ਲੱਗੇਗੀ 3,15,000 ਦੀ ਝੋਟੀ ਦੇਖ ਲਾਂਗੇ। 3,15,000 ਝੋਟੀ ਦੇਖ ਲਾਂਗੇ। ਕਰ ਗਿਓ ਖੜਾ ਕੇ 10,000 ਦਾ ਅੰਦਰੋਂ ਅੰਦਰ ਹੀ ਮੈਂ ਨਾ ਵੇਚਣਾ ਯਾਰ। ਜਿੰਦਾਬਾਦ ਐਂਜੀ ਅੱਗੋਂ ਵੀ ਰੇਟ ਲਾਣੇ ਨੇ ਮਿਹਰਬਾਨੀ ਜਨਾਬ ਐਂਜੀ ਲੱਗਣਗੇ। ਇਹ 3-5 ਭਾਈ ਵੀ ਕਹਿ ਰਹੇ ਸਨ ਲੇਕਿਨ 3-15 ਨਾਲ ਆ ਦਿੱਤਾ ਮਾਸ਼ਾਅੱਲਾ ਜੀ। ਚੀਜ਼ ਦੋਸਤਾਂ ਦੇ ਸਾਹਮਣੇ ਵੀ ਰੇਟ ਹੁੰਦਾ ਜੀ ਚੀਜ਼ ਦਾ। ਅੱਗੇ ਆ ਗਈ ਅੱਜ ਦੀ ਵੀਡੀਓ ਦੀ ਸਭ ਤੋਂ ਪਹਿਲਵਾਨ ਚੀਜ਼ ਵੱਡੀ ਜੀ ਸਾਮਤ ਭਾਈ ਆਪੀ ਪਰਲੀ ਸਾਹਿਬ ਜੀ ਬੱਗੀ ਮੁੱਚੇ ਬਿੱਲੀਆਂ ਕਹਿੰਦੇ ਥਿਕਲਾਰੇ ਜ਼ਰਾ ਮਾਸ਼ਾਅੱਲਾ ਜੀ। ਰਵੇਲ ਵੇਖਣੀ ਜੀ ਸਾਮਤ ਚੱਕ ਕਰਨੀ ਚੰਗੀ ਪਹਿਲਵਾਨ ਵੱਡੀ ਜੀ ਸਾਮਤ ਵਾਲੀ ਨਾਮੀ ਗ੍ਰਾਮੀ ਚੀਜ਼ ਦੇ। ਕੱਲ ਦੀ ਸੂਈ ਹੈ। ਸੁਬਾ ਕਿਨਵੇਂ? ਸੁਬਾ ਤੀਸਰਾ ਸੂਈ ਹੈ। ਸੁਬਾ ਤੀਸਰਾ ਕੱਲ ਦੀ ਸੂਈ ਹੈ ਮਾਸ਼ਾਅੱਲਾ ਜੀ। ਤੋਰੇ ਭਾਈ ਜਾਨ ਬੋਲੇ ਤੇ ਵੇ ਸੋਹਣੇ ਪਾਵਰਫੁਲ ਥਣ ਲੱਗੇ ਨੇ ਭਾਈ ਇਮਰਾਨ ਸਾਹਿਬ ਕਿੰਨਾ ਕੁ ਬੋਲਿਆ ਦੇਖੋ ਭਾਈ ਫਰਾਜ਼ ਬੋਲਾ ਇਹਦੇ ਕੋਲ ਆਹਾਂ ਜਿਹੜਾ ਚੋਇਆ ਜੇ ਨਾ ਦੋ ਵਾਰੀ ਕਰਕੇ ਅੱਛਾ ਉਹ 15 ਲੀਟਰ ਦੁੱਧ ਮਿਣਿਆ ਜੇ ਆਹਾਂ 15 ਦੂ ਚਵਾਈਆਂ ਤੇ ਦੂ ਚਵਾਈਆਂ ਦਾ ਪਹਿਲਾ ਬੋਲਾ ਜਿਹੜਾ। ਠੀਕ ਹੈ ਇੱਕ ਗੱਲ ਜੀ ਹੋਰ ਵਜ਼ਾਤ ਕਰੋ ਕਿ ਜਿਹੜਾ ਜਾਨਵਰ ਕੋਈ ਵੀ ਸੁਣਦਾ ਵੇ ਚਾਹੇ ਗਾਂ ਵੇ ਜਾਂ ਮੱਝ ਜਿਹੜਾ ਉਹਦਾ ਪਹਿਲਾ ਬੋਲਾ ਹੁੰਦਾ ਸਮਝੋ ਕਿ ਪਹਿਲੀ ਚੋਈ ਜ਼ਿਆਦਾ ਹੁੰਦਾ। ਤੁਸੀਂ ਦੋ ਚੋਏ ਨੇ ਪਹਿਲੇ ਚ ਕਿੰਨਾ ਚੋਇਆ ਤੇ ਦੂਸਰੇ ਚ ਕਿੰਨਾ ਚੋਇਆ ਤੁਸੀਂ ਉਹ ਵਾਜ਼ਿਆ ਕਰੋ। ਪਹਿਲੇ ਵਿੱਚ ਵਾਜ਼ਿਆ ਇਹ ਵੀ ਕਿ ਪਹਿਲੇ ਜ਼ੋਰ ਸੁੱਟਣ ਤੋਂ ਪਹਿਲੇ ਚੋਇਆ ਤਕਰੀਬਨ ਪੋਲੀ ਕੀਤੀ ਉਹ 5-6 ਸਿਰ। ਠੀਕ ਹੈ ਬਾਅਦ ਚ 7-8 ਸਿਰ ਦੁੱਧ ਚੋਇਆ ਇਹਦਾ। ਠੀਕ ਹੈ ਯਾਨੀ ਕਿ ਕੋਈ 15 ਕਿਲੋ ਦੂ ਚੋਈਆਂ ਚ ਅੱਜ ਇਹ ਰਾਤੀ ਇਹਦਾ 5 ਕਿਲੋ ਦੁੱਧ ਚੋਇਆ ਜੇ ਜੋੜੀ ਦਾ ਮਾਸ਼ਾਅੱਲਾ ਜੀ। ਬਾਅਦ ਬੜੀ ਵੱਡੀ ਭਾਈ ਫਰਾਜ਼ ਉਹ ਪਹਿਲਵਾਨ ਚੀਜ਼ ਮਾਸ਼ਾਅੱਲਾ ਜੀ। ਇਹ ਜ਼ਰਾ ਖੁਸ਼ਰ ਫੜਿਓ ਮਜ਼ਬੂਤ ਤੁਹਾਡੇ ਪੈਰ ਨੇ ਮਾਸ਼ਾਅੱਲਾ ਜੀ ਵੱਡੀ ਜਸਾਮਤ ਤੇ ਪਹਿਲਵਾਨ ਚੀਜ਼ ਦੇ ਲਿਬਾਸ ਵੀ ਚੰਗਾ ਕੀਤਾ ਵੇ ਬੋਲੇ ਤੇ ਵੇ ਕੱਲ ਦੀ ਸੂਈ ਹੈ ਮਾਸ਼ਾਅੱਲਾ ਜੀ। ਐ ਵੇਖਿਓ ਨਾਲੋਂ ਹਾਏ ਉੱਠਾ ਦੋਸਤਾਂ ਵੇਖਣਾ ਜਾ ਕੀ ਪਿੱਛੇ ਦੇ ਕੱਟਾ ਜੇ ਤੇ ਨਾਲੋਂ ਕੱਚਾ ਜੇ ਨਾਲ ਲਗਾ ਵੇ। ਆ ਬਿਲਕੁਲ ਜੀ ਆ ਪਿੱਛੇ ਦੇ ਕੱਟਾ ਵੇ ਕੱਚਾ ਨਾਲੋਂ ਨਾਲ ਲਗਾ ਇਹ ਕੱਚਾ ਨਾਲੋਂ ਸਾਹਮਣੇ ਨਜ਼ਰ ਹੁੰਦਾ ਵਾ ਮਾਸ਼ਾਅੱਲਾ ਜੀ। ਠੀਕ ਹੈ ਭਾਈ ਨਵੀ ਸਾਹਿਬ ਤੋਰੋ ਜ਼ਰਾ ਲੰਮੀ ਬਾਹਰ ਨੂੰ ਟੋਰਿਓ ਜੀ ਨੰਬਰ 2 ਦੇ ਚੈੱਕ ਕਰਾਈਏ ਚੰਗੀ ਕੁੰਜੀ ਜਸਾਮਤ ਵੇਖ ਕੇ ਭਾਈ ਜੀ ਸੁਬਾ ਦੂਸਰਾ ਵੀ ਕਹਿੰਦੇ ਤੇ ਦੋਸਤਾਂ ਇਹ ਸਮਝਣਾ ਸੀ ਕਿ ਦੂਸਰਾ ਲੇਕਿਨ ਸੁਬਾ ਤੀਸਰਾ ਭਾਈ ਇਹਨਾਂ ਨੇ ਦੱਸਿਆ ਜੀ ਤੀਸਰਾ। ਭਾਈ ਲੰਮੀ ਟੋਰਿਓ ਜ਼ਰਾ ਕੱਲ ਦੀ ਸੂਈ ਹੈ ਬੋਲੇ ਉੱਤੇ ਵੇ ਜਿਹੜੀਆਂ ਕੋਈ ਦੋ ਚਵਾਈਆਂ ਕੀਤੀਆਂ ਨੇ ਭਾਈ ਇਹਨਾਂ ਵਜ਼ਾਹਤ ਕਰ ਛੱਡੀਆਂ ਮਾਸ਼ਾਅੱਲਾ ਜੀ। ਪਿੱਛੇ ਦੇ ਕੱਟਾ ਵੇ ਦੋਸਤਾਂ ਨੂੰ ਉਹ ਵੀ ਚੈੱਕ ਕਰਾਇਆ ਲਿਬਾਸ ਚੰਗਾ ਵੇ ਥੋੜ੍ਹੀ ਸੋਹਣੇ ਲੱਗੇ ਨੇ ਪਾਵਰਫੁੱਲ ਟੋਰ ਵੀ ਦੋਸਤਾਂ ਵੇਖ ਲੈਣੀ ਕੋਈ ਛੋਟਾ ਜਾਨਵਰ ਨਹੀਂ ਲਿਆਓ ਜੀ ਭਾਈ ਨਵੀ ਸਾਹਿਬ ਜੀ। ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਮੱਝ ਨੰਬਰ 2 ਦਾ? ਬਿਲੀਆਂ ਅੱਜ ਦੀ ਵੀਡੀਓ ਦੀ ਖੂਬਸੂਰਤ ਚੀਜ਼ ਹੈ ਟੋਰੇ ਭਾਈ ਜਾਨ ਜੀ। ਭਾਈ ਇਮਰਾਨ ਸਾਹਿਬ ਕਿੰਨਵਾਂ ਸੁਆ ਜੀ ਦਾ? ਸੁਬਾ ਦੂਸਰਾ ਸੂਈ ਰਵੇਲ ਕਰ ਗਈ ਮਾਸ਼ਾਅੱਲਾ ਜੀ। ਸੋਹਣੇ ਦੋਹਰੇ ਥਣ ਲੱਗੇ ਨੇ ਮਾਸ਼ਾਅੱਲਾ ਜੀ। ਲਿਬਾਸ ਜੀ ਦੋਸਤਾਂ ਵੇਖਣਾ ਵੇ ਕਿਦੋਂ ਦੀ ਸੂਈ ਹੈ ਜੀ? ਸੱਤ 8 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ। ਠੀਕ ਹੈ ਪਿੱਛੇ ਤੇ ਕੱਟੀਏ ਕਰਮ ਵਾਲੀਆਂ ਦੋ ਹੀ ਨੇ ਸੁਬਾ ਦੂਸਰਾ ਵੇ ਪੁੱਠਾ ਦੋਸਤਾਂ ਵੇਖਣਾ ਰਵੇਲ ਚੈੱਕ ਕਰਨੀ ਹੈ ਤੇ ਲਿਬਾਸ ਪਿਛਲੀ ਸਾਈਡ ਤੇ ਵਾਜ਼ਿਆ ਨਜ਼ਰ ਆਉਂਦਾ ਪਿਆ ਨੰਬਰ 3 ਤੇ। ਪਿਆਰੇ ਭਾਈ ਜ਼ਰਾ ਇੱਥੇ ਸਿੱਧੀ ਕਰੋ ਕੱਟੀ ਕੱਢੀ ਜੀ ਇਹ ਮਾਸ਼ਾਅੱਲਾ ਜੀ ਪਿੱਛੇ ਦੇ ਕੱਟੀ ਇਹ ਜਿਹੜੀ ਸਾਹਮਣੇ ਨਜ਼ਰ ਆਉਂਦੀ। ਠੀਕ ਹੈ ਬਾਈ ਮੀਰੇ ਇਸ ਸਾਈਡ ਤੇ ਲਿਆਓ ਜ਼ਰਾ ਬਾਹਰ ਨੂੰ ਚੱਕਰ ਲਵਾਏ ਕਿੰਨਾ ਕੁ ਦੁੱਧ ਹੈ ਭਾਈ ਇਮਰਾਨ ਸਾਹਿਬ ਦੇ? ਦੋਵਾਂ ਟਾਈਮਾਂ ਦਾ 14 ਕਿਲੋ ਵੇ 13 ਕਿਲੋ ਦੁੱਧ ਦੀ ਗਰੰਟੀ ਹੈ। ਸੁਬਾਹ ਦੂਸਰਾ ਵੇ ਪਿੱਛੇ ਦੇ ਕੱਟੀ ਹੈ ਲਿਬਾਸ ਵੀ ਦੋਸਤਾਂ ਵੇਖਣਾ ਸ਼ਾਨਦਾਰ ਚੀਜ਼ ਹੈ ਮਾਸ਼ਾਅੱਲਾ ਜੀ। ਨੰਬਰ ਆ ਗਈ ਹੈ 3 ਤੇ ਦਿਨ ਹੋ ਗਏ ਨੇ ਕੋਈ 7-8 ਪੁੱਠਾ ਵੀ ਦੋਸਤਾਂ ਵੇਖ ਲੈਣਾ ਟੋਰ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ।
ਅੱਜ ਦੀ ਵੀਡੀਓ ਦੀ ਚੰਗੀ ਸ਼ਾਨਦਾਰ ਝੋਟੀ ਹੈ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 3 ਦਾ ਝੋਟੀਆਂ 4.5 ਦੀਆਂ ਵਿਕਦੀਆਂ ਜੀ ਪਈਆਂ ਤੁਹਾਡੇ ਚੈਨਲ ਤੇ ਠੀਕ ਹੈ ਲੇਕਿਨ ਅਸੀਂ ਲਾਈਵ ਚਵਾਈ ਵੀ ਕਰਾਉਣੀ ਹੈ ਤੇ 3,95,000 ਦੀ ਜਿਹੜੇ ਭਰਾ ਨੂੰ ਚੰਗੀ ਲੱਗੇ ਕਿਸੇ ਦੇ 3,95,000 ਅੱਟਾਂ ਹਲੇ ਸੁੱਟਣੀਆਂ ਨੇ ਸਾਫ਼ ਹੋਣਾ ਵੇ ਹੁਣ ਤਕਰੀਬਨ 7 ਕੁ ਦਿਨ ਹੋਏ ਨੇ ਕੀਮਤ ਡਿਮਾਂਡ 3,95,000 ਅੱਗੇ ਬਾਈ ਲਿਆਓ ਜੀ ਨੰਬਰ 4 ਵਾਲੀ ਅੱਗੇ ਆ ਗਈ ਮਾਸ਼ਾ ਜੀ ਨੰਬਰ 4 ਤੇ ਆ ਗਈ ਹੈ ਬਿੱਲੀਆਂ ਅੱਖਾਂ ਨੇ ਜੀ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਮਾਸ਼ਾ ਜੀ ਤੋਰੇ ਭਾਈ ਨਵੀਰ ਦੇ ਜਾਤ ਲੈ ਚਲੋ ਸੂਈ ਹੈ ਭਾਈ ਇਮਰਾਨ ਵੀ ਵੀਹ ਪੰਜੀ ਦਿਨ ਹੋ ਗਏ ਨੇ ਮਾਸ਼ਾ ਜੀ ਕਿਨਵਾ ਸੂਆ ਸੂਬਾ ਦੂਸਰਾ ਮਾਸ਼ਾ ਜੀ ਨੰਬਰ ਆ ਗਈ ਹੈ 4 ਤੇ 20 ਤੋਂ 25 ਦਿਨ ਹੋ ਗਏ ਨੇ ਮਾਸ਼ਾ ਜੀ ਲਿਬਾਸ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਬਟਨ ਵੀ ਦੋਸਤਾਂ ਵੇਖਣੇ ਨੇ ਮਾਸ਼ਾ ਜੀ ਤੇ ਥਾਣਾ ਤੇ ਵੀ ਸੋਹਣੇ ਨੇ ਮੁੱਠੀ ਸਾਹਮਣੇ ਇਮਰਾਨ ਸਾਹਿਬ ਕਿੰਨਾ ਦੁੱਧ ਦੇ ਕੋਲ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਾ ਕੀ ਪਿੱਛੇ ਦੇ ਇਹ ਕੱਟੀ ਹੈ ਮਾਸ਼ਾ ਜੀ ਬੱਗੀ ਮੱਛਾ ਲਈ ਠੀਕ ਹੈ ਜੀ 11 ਕਿਲੋ ਦੁੱਧ ਦੀ ਗਰੰਟੀ ਹੋਏ ਜੀ ਸੁਬਾ ਦੂਸਰਾ ਵੇ ਪਿਆਰੇ ਭਾਈ ਲਿਆਓ ਉੱਧਰ ਜ਼ਰਾ ਸਿੰਘਾਂ ਦੀ ਜ਼ਰਾ ਸਾਦੀ ਹੈ ਬਾਕੀ ਚੰਗੀ ਟਾਪ ਕਲਾਸ ਚੀਜ਼ ਹੈ ਮਾਸ਼ਾ ਜੀ ਥਾਣੀ ਦੋਸਤਾਂ ਵੇਖਣੇ ਨੇ ਪਾਵਰਫੁਲ ਥਣ ਲੱਗੇ ਨੇ 11 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਕਰਮਲੀਆਂ ਵੀ ਦੋ ਉਹਨੇ ਪਿੱਛੇ ਕੱਟੀ ਉਹ ਤੇ ਭਾਈ ਫਰਾਜ਼ ਕੋ 12 ਸਰੇ ਦੇ ਲੇਕਿਨ 11 ਸਰੇ ਦੀ ਗਰੰਟੀ ਠੀਕ ਹੈ ਘੱਟ ਦੱਸਿਆ ਜਾਏ ਵੱਧ ਜਾਏ ਕਿਸੇ ਦੇ ਘਰ ਜਾ ਜੀ ਬਿਹਤਰ ਹੋ ਗਿਆ ਇਹ ਨਹੀਂ ਕਿ ਤੁਹਾਡਾ ਮਕਸਦ ਹੈ ਵੀ ਕਿਸੇ ਦੇ ਘਰ ਜਾਨਵਰ ਜਾਏ ਕੋਈ ਜਾ ਕੇ ਅੱਧਾ ਕਿਲੋ ਕਿਲੋ ਜ਼ਿਆਦਾ ਹੀ ਕਰੇ ਦੁੱਧ 12 ਕਿਲੋ ਵੇ 11 ਕਿਲੋ ਦੀ ਭਾਈ ਯਾਰਾਂ ਗਰੰਟੀ ਦੀ ਟੀਮ ਮਾਸ਼ਾਅੱਲਾ ਜੀ ਤੁਹਾਨੂੰ ਵੀ ਦੋਸਤਾਂ ਨੂੰ ਫੇਰ ਚੈੱਕ ਕਰਨੇ ਨੇ ਤੇ ਬਟਨ ਵੀ ਵੇਖ ਲੈਣੇ ਨੇ ਜੀ ਇਮਰਾਨ ਸਾਹਿਬ ਭਾਈ ਫਰਾਜ਼ ਜਿਹੜੇ ਭਰਾ ਨੂੰ ਚੰਗੀ ਲੱਗੇ ਵੀ 3,30,000 ਰੁਪਏ ਦੀ ਦੇ ਦੇਣਗੇ 3,30,000 ਰੇਟ ਸਾਡੇ ਫਾਈਨਲ ਹੀ ਹੋਣੇ ਜੀ ਸਿਰਫ ਮਮੂਲੀ ਜਾਂ ਮਮੂਲੀ 5,000 ਰੁਪਏ ਜੀ ਬਿਹਤਰ ਹੋ ਗਿਆ ਬਿਲਕੁਲ ਜੀ ਫਜ਼ੂਲ ਰੇਟ ਲਾਉਣ ਦਾ ਮਕਸਦ ਕੋਈ ਨਹੀਂ ਇਹ ਜਿਹੜਾ ਰੇਟ ਨੇ ਇਹਦੇ 'ਚ ਕੋਈ ਮਮੂਲੀ ਜਾਂ ਪਿਆਰ ਮੁਹੱਬਤ ਕਮੀ ਪੇਸ਼ੀ ਹੋਈ ਹੈਗਾ ਕੋਈ 2-3,000 ਦਾ ਅੱਗੇ ਆ ਗਈ ਮਾਸ਼ਾ ਅੱਛਾ ਛੋਟੀ ਝੋਟੀ ਨਹੀਂ ਇਹ ਜਾਵੇ ਦਾ ਇਹ ਪਿੱਛੇ ਦੇ ਕੱਟਾ ਮਾਸ਼ਾ ਜੀ ਝੋਟੀ ਦਾ ਚਿਹਰਾ ਵੀ ਦੋਸਤਾਂ ਚੈੱਕ ਕਰਾ ਦੇਣਾ ਭਾਈ ਇਹਦਾ ਚਿਹਰਾ ਸਾਹਮਣੇ ਕਰਿਓ ਜੀ ਇਹ ਚੈੱਕ ਕਰੋ ਮਾਸ਼ਾ ਠੀਕ ਇਹ ਕੱਟਾ ਵੀ ਦੋਸਤਾਂ ਵੇਖਣਾ ਲਿਆਓ ਭਾਈ ਜਾਨ ਇਹਦੀ ਚਵਾਈ ਕਰਾਉਣੀ ਲਿਆਓ ਉੱਥੇ ਤੁਸੀਂ ਇਹ ਸ਼ੁਰੂ ਕਰ ਦੇਣਾ ਸੀ ਫਿਰ ਵਿੱਚ ਦੋਵਾਂ ਝੋਟੀਆਂ ਦੀ ਭਾਈ ਇਹਦੀ ਚਵਾਈ ਕਰਵਾਉਣ ਲੱਗੇ ਨੇ ਅਤੇ ਦੋਸਤਾਂ ਨੂੰ ਜ਼ਰਾ ਤਸੱਲੀ ਕਰਵਾਉਂਦੇ ਹਾਂ ਮਾਸ਼ਾ ਜੀ ਆਲਰੇਡੀ ਦੱਸਿਆ ਕਿ ਸੁਬਾਹ ਕਿਨਵਾ ਵੇ ਅਤੇ ਕਿਦੋਂ ਦੀਆਂ ਸੁਣੀਆਂ ਨੇ ਪਿੱਛੇ ਜਾ ਜੋ ਵੀ ਨੇ ਸਾਰਾ ਵਾਜ਼ਿਆ ਕਰ ਛੜਿਆ ਆ ਭਾਈ ਜੀ ਪਸਮਾਨੇ ਨੇ ਪੇ ਅਤੇ ਨਵੀਰ ਸਾਹਿਬ ਨੇ ਸਪੀਡ ਮਾਰੀ ਹੈ ਅਤੇ ਜਾ ਛੱਡ ਕੇ ਝੋਟੀ ਪਸਮਾ ਲਈ ਹੈ ਅੱਜ ਦੀ ਵੀਡੀਓ ਦੀ ਸਭ ਤੋਂ ਕੀਮਤੀ ਝੋਟੀ ਹੈਗੀ ਆ ਵੀ 3,95,000 ਰੇਟ ਦਾ ਵੇ ਅਤੇ ਜਿਹੜੀ ਬਬਲੂ ਸਾਹਿਬ ਕੋਲ ਉਹਦਾ ਕਿੰਨਾ ਲੱਗਿਆ 3,50,000 ਲੱਗਿਆ ਬਾਈ ਮਰਾਣਾ ਦਾ ਰੇਟ ਕਿੰਨਾ ਜੀ ਬਿਹਤਰ ਹੋ ਗਿਆ ਜੀ ਭਾਈ ਠੀਕ ਹੈ ਕਰੋ ਤੁਸੀਂ ਸ਼ੁਰੂ ਮੌਜੂਦਾ ਹੀ ਕੈਮਰੇ ਉੱਤੇ ਫਿੱਟ ਕੀਤੇ ਨੇ ਠੀਕ ਹੈ ਭਾਈ ਇਹਨਾਂ ਚੋਈ ਸ਼ੁਰੂ ਕਰਦੀ ਸੀ 3,50,000 ਇਹ ਭਾਈ ਨਵੀਰ ਸਾਹਿਬ ਦਾ ਰੰਗ ਦੇਣੇ ਜੀ 3,95,000 ਵਾਲੀ ਝੋਟੀ ਦੀ ਦਵਾਈ ਠੀਕ ਹੈ ਭਾਈ ਨਵੀਰ ਕਰੋ ਬਿਸਮਿਲਲਾ ਕਰੋ ਜੀ ਇਹ ਚੈੱਕ ਕਰੋ ਮਾਸ਼ਾ ਅੱਲਾ ਜੀ ਮੇਰਾ ਵੇਖ ਲੈਣਾ ਘਰ ਵੀ ਚੈੱਕ ਕਰਨੀ ਹੈ ਮਾਸ਼ਾ ਜੀ
ਜੀ ਬਬਲੂ ਸਾਹਿਬ ਚੁਆਈ ਕਰਦੇ ਨੇ ਤੇ ਬਬਲੂ ਲੱਗਦਾ ਕਿ ਉਸਤਾਦ ਆਦਮੀ ਚੁਆਈ ਦਾ ਐ ਚੈੱਕ ਕਰੋ ਮਾਸ਼ਾ ਮੈਂ ਥਾਣਵੀ ਦੋਸਤਾਂ ਚੈੱਕ ਕਰਨੇ ਨੇ ਅਸਮਾਤ ਤੋਂ ਬਾਅਦ ਅਤੇ ਚੁਆਈ ਵੀ ਦੋਸਤਾਂ ਵੇਖ ਲੈਣੀ ਹੈ ਜੀ ਚੁਆਈ ਥੋੜ੍ਹੀ ਮੁਕੰਮਲ ਹੁੰਦੀ ਨਜ਼ਦੀਕ ਹੁੰਦੀ ਫਿਰ ਦੋਸਤਾਂ ਨੂੰ ਜ਼ਰਾ ਤਸੱਲੀ ਕਰਵਾ ਦਿੰਦੇ ਹਾਂ ਟੂ ਥ੍ਰੀ ਮਾਸ਼ਾਅੱਲਾ ਜੀ ਇੱਕ ਬਾਲਟੀ ਮੁਕੰਮਲ ਹੋਣ ਦੇ ਨਜ਼ਦੀਕ ਹੈ ਜਿਹਦੀ ਚੁਆਈ ਬਬਲੂ ਸਾਹਿਬ ਕਰਦੇ ਨੇ ਪਏ ਝੋਟੀ ਸਾਹਮਣੇ ਨਜ਼ਰ ਆ ਰਹੀ ਹੈ ਦੂਸਰਾ ਜ਼ਰਾ ਕਿੱਧਰ ਵੀ ਤਸੱਲੀ ਕਰਵਾਉਂਦੇ ਜਾਂਦੇ ਜਿਹੜੀ ਸਭ ਤੋਂ ਮਹਿੰਗੀ ਝੋਟੀ ਹੈ ਜੀ ਅੱਜ ਦੀ ਵੀਡੀਓ ਦੀ ਪਹਿਲਵਾਨ ਝੋਟੀ ਹੈ ਜਿਹੜੀ ਭਾਈ ਇਮਰਾਨ ਸਾਹਿਬ ਨੇ ਵੀ ਬਾਲਟੀ ਤਕਰੀਬਨ ਨੇੜੇ ਲਾਹੜੀ ਤਾਂ ਲੱਗੀ ਬਾਲਟੀ ਵੀ ਤੇ 10 ਸਿਰ ਦੀ ਹੈ ਨਾ ਹਲੇ ਜਿਹੜੀ ਚੁਆਈ ਹੈ ਉਹ ਪਿਛਲੇ ਥਣਾਂ ਦੀ ਹੁੰਦੀ ਹੈ ਅਗਲੇ ਥਣਾਂ ਦੀ ਹਲੇ ਚੁਆਈ ਹੋਣੀ ਹੈ ਹਾਂਜੀ ਦੇਖ ਲਓ ਯੂ ਨਾ ਉਹ ਸਾਈਡ ਤੇ ਰੱਖੋ ਇਹ ਮਾਸ਼ਾਅੱਲਾ ਜੀ ਇੱਕ ਬਾਲਟੀ ਭਾਈ ਨਾਲ ਚੋਲੀ ਹੈ ਦੂਸਰੀ ਬਾਲਟੀ ਚੋਂ ਚੁਆਈ ਕਰਨ ਲੱਗੇ ਨੇ ਠੀਕ ਭਾਈ ਤੁਸੀਂ ਸ਼ਾਮਲ ਕਰ ਲਵੋ ਹਾਂਜੀ ਭਾਈ ਇਮਰਾਨ ਠੀਕ ਹੈ ਹੋ ਗਈ ਚੁਆਈ ਮੁਕੰਮਲ ਅੱਛਾ ਇੱਕ ਬਾਲਟੀ ਮੁਕੰਮਲ ਹੋ ਗਈ ਯਾਨੀ ਕਿ ਚੁਆਈ ਦੱਸਣ ਦਾ ਮਕਸਦ ਇਹੀ ਹੈ ਕਿ ਝੋਟੀਆਂ ਕੋਲ ਦੁੱਧ ਹੈ ਥਣ ਕਲੀਅਰ ਨੇ ਮੁਕੰਮਲ ਚੁਆਈ ਸ਼ਾਮਲ ਕੀਤੀ ਤਾਂ ਕੋਈ ਅੱਧਾ ਘੰਟਾ ਲੱਗ ਜਾਣਾ ਵੇ ਵੀਡੀਓ ਅੱਗੇ ਵੀ ਕਾਫੀ ਬਣੀ ਹੈ ਲੈਂਥੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਦੁੱਧ ਜਿੰਨਾ ਦੱਸਿਆ ਉਹਦੀ ਗਰੰਟੀ ਹੋਈ ਦੀ ਇਹਦਾ 14 ਕਿਲੋ ਦੁੱਧ ਦੱਸਿਆ ਵੇ ਉਹ ਜਿਹੜੀ ਸਾਹਮਣੇ ਵੀ ਉਹਦਾ 13 ਕਿਲੋ ਦੁੱਧ ਦੀ ਗਰੰਟੀ ਹੈ ਅਗਰ ਕਿਸੇ ਦੋਸਤ ਨੂੰ ਕੋਈ ਡਾਊਟ ਸ਼ੱਕ ਹੋਏ ਡੇਰੇ ਤੇ ਆ ਕੇ 2-4 ਦਫਾ ਚੁਆਈ ਕਰਾ ਕੇ ਆਪਣੀ ਤਸੱਲੀ ਕਰ ਸਕਦਾ ਜੀ ਠੀਕ ਹੈ ਭਾਈ ਨਵੀ ਤੁਸੀਂ ਲੈ ਚੱਲੋ ਮਾਸ਼ਾਅੱਲਾ ਜੀ ਤੁਸੀਂ ਭਾਈ ਸ਼ੁਰੂ ਕਰੋ ਲਓ ਤੁਸੀਂ ਜਾ ਲਓ ਅਸੀਂ ਗਾਂ ਚੈੱਕ ਕਰਾ ਲਈ ਲਓ ਭਾਈ ਇਮਰਾਨ ਰੇਟ ਝੋਟੀ ਨੰਬਰ 5 ਦਾ ਭਾਈ ਫਰਾਜ ਜਿਹੜੇ ਭਰਾ ਨੂੰ ਚੰਗੀ ਲੱਗੇ ਜੀ 3.5 ਲੱਖ ਰੁਪਏ ਦੀ ਆ ਵੀ ਦੇ ਦਿਆਂਗੇ 3 ਲੱਖ ਤੇ 50,000 ਜੀ ਬਿਹਤਰ ਹੋ ਗਿਆ ਚਾਈ ਚਵਾਈ ਕਰਾਵਾਂਗਾ 13 ਲੱਖ ਦੋ ਤੇ ਇਨਸ਼ਾਅੱਲਾ ਠੀਕ ਭਾਈ ਤਸਵੀਰਾਂ ਬਣਾਣੀਆਂ ਨੇ 2 ਮਿੰਟ ਲਈ ਗਾਂ ਚੈੱਕ ਕਰਾ ਲੈਂਦੋ ਕੀਮਤ ਡਿਮਾਂਡ 3,50,000 ਅੱਗੇ ਆ ਗਈ ਮਾਸ਼ਾਅੱਲਾ ਜੀ ਗਾਂ ਤੇ ਚੰਗੀ ਨਾਮੀ ਗ੍ਰਾਮੀ ਪਹਿਲਵਾਨ ਗਾਂ ਵੇ ਹਾਈਟ ਵੇਖਣੀ ਹੈ ਚੰਗੀ ਕਾਦਾਵਰ ਮਾਸ਼ਾਅੱਲਾ ਜੀ ਕਾਲੇ ਥਣ ਲੱਗੇ ਨੇ ਰਵੇਲ ਵੀ ਕਾਫੀ ਹੈ ਤੇ ਮਾਸ਼ਾਅੱਲਾ ਜੀ ਗੱਬਣ ਜੀ ਭਾਈ ਫਰਾਜ ਤਿਆਰ ਹੀ ਹੈ ਬਸ ਗਾਂ 5-7 ਮਿੰਟ ਵਿੱਚ ਠੀਕ ਹੈ ਸੁਆ ਕਿਨਵਾਂ ਨੇ ਸੁਣਾ ਸੁਆ ਇਹਨੇ ਦੂਸਰਾ ਸੁਣਾ ਤੁਸੀਂ ਤੀਸਰਾ ਲਾ ਲਓ ਜੇ ਦੂਸਰੇ ਤੁਹਾਨੂੰ ਆਖਿਆ ਠੀਕ ਹੈ ਬਾਈਕ ਲਾ ਰਹੇ ਹੋ ਤੁਸੀਂ ਹਜੇ ਖਾਂਗੜੀ ਲਈ ਖਾਂਗੜੀ ਆਹ ਲਈ ਹਜੇ ਤੇ ਉਦੋਂ ਵੇਚੀ ਹਜੇ ਆਹ 2,70,000 ਦੀ 2,70 ਦੀ ਆਹ ਵੇਚੀ ਜੇ ਹੁਣ ਤਿਆਰ ਹੋਈ ਫਿਰ ਵਾਪਸ ਲਈ ਠੀਕ ਹੈ ਠੀਕ ਹੈ ਖਾਂਗੜੀ ਗਾਂ ਦਾ ਵੀ ਉਦੋਂ ਵੀ 14-15 ਲੀਟਰ ਦੁੱਧ ਹਜੇ ਪਤਾ ਨਹੀਂ ਸੂਈ ਕਿਦੋਂ ਦੀ ਇਹਨੇ ਕਿ ਤੁਸੀਂ ਖਾਂਗੜ 270 ਦੀ ਤੁਹਾਡਾ ਇੱਕ ਦੋਸਤ ਤੇ ਬਾਅਦ ਚ ਤੁਹਾਨੂੰ ਦੱਸਣਾ ਕਿਹੜਾ ਉਹਦੇ ਕੋਲੋਂ ਲਈ ਤੇ ਤੁਹਾਡੀ ਰਾਈ ਲਈ ਜੀ ਬਿਹਤਰ ਹੋ ਗਿਆ ਭਾਈ ਲਿਆਓ ਜੀ ਇਹ ਵੀ ਰਾਵਲ ਪਿੰਡੀਆਂ ਲਈ ਸੀ ਅੱਛਾ ਅੱਛਾ ਇਹ ਫਾਟਕ ਤੋਂ ਕੱਚੀ ਆਬਾਦੀ ਦੇ ਵਿੱਚ ਬੰਦਾ ਹੈ ਠੀਕ ਹੈ ਕੀ ਨਾਮ ਹੈ ਦਾ ਭਾਈ ਤਈਆ ਸਾਨੂੰ ਸਮਝ ਆ ਗਈ ਹੈ ਨਾਜ਼ੀਆਂ ਚ ਨਹੀਂ ਮਾਸ਼ਾਅੱਲਾ ਜੀ ਟੋਰਿਓ ਇਹ ਉਹਨਾਂ ਕੋਲੋਂ ਲਈ ਸੀ ਯਾਨੀ ਕਿ ਖਾਂਗੜ ਵੀ 270 ਦੀ ਵੀ ਕੀ ਸੀ ਖਾਂਗੜ ਹਾਂਜੀ ਠੀਕ ਹੈ ਹੁਣ ਸੁਬਾ ਦੂਸਰਾ ਜਾਂ ਦੋਸਤ ਤੀਸਰਾ ਸਮਝ ਲੈਣ ਫਲਾਰ ਭਾਈ ਜਾਨ ਇਹ ਵੀ ਸਾਊ ਹੈ ਮੈਂ ਨਾ ਪਹਿਲਵਾਨ ਥਾਣੇ ਵੇਖ ਲਓ ਪੂਰਾ ਪੂਰਾ ਰੁਗ ਰੁਗ ਦਾ ਤੇ ਸਾਊ ਸੀਲ ਜਿਸ ਤਰ੍ਹਾਂ ਮਾਸ਼ਾਅੱਲਾ ਜੀ ਠੀਕ ਹੈ ਭਾਈ ਨਵੀਦ ਲੈ ਚੱਲੋ ਇਹ ਸਾਰੀ ਗਾਂ ਖਾਲੀ ਪਈ ਹੈ ਭਾਈ ਫਰਾਜ਼ ਦਾ ਚੈੱਕ ਕਰ ਲਓ ਮਾਸ਼ਾਅੱਲਾ ਜੀ ਅੱਗੇ ਦਾ ਚੱਡਾ ਲਾਣਾ ਪੂਰਾ ਜੀ ਇਹਨੇ ਕੀ ਨਸਲ ਹੈ ਭਾਈ ਇਮਰਾਨ ਦੀ ਭਾਈ ਫਰਾਜ਼ ਅਸੀਂ ਨਸਲ ਦੇ ਬਾਰੇ ਠੀਕ ਹੈ ਕੀਮਤ ਜਿਹੜੇ ਭਰਾ ਨੂੰ ਪਸੰਦ ਆਏਗੀ ਆਪੇ ਹੀ ਜੱਜਮੈਂਟ ਕਰ ਲੇਗਾ ਤੇ ਕੀਮਤ ਭਾਈ ਫਰਾਜ਼ ਦੀ ਜੇ ਕਿਸੇ ਭਰਾ ਨੂੰ ਪਸੰਦ ਆਈਏ ਗੱਪਣ ਗੱਪਣ ਤੇ ਫੋਨ ਤੇ ਕਰ ਲਾਂਗੇ ਤੇ ਜੇ ਨਾ ਆਈ ਤਾਂ ਅਗਲੀ ਵੀਡੀਓ ਵਿੱਚ ਰੇਟ ਵੀ ਲਾਵਾਂਗੇ ਠੀਕ ਹੈ ਮਜ਼ੀਦ ਕੋ ਦੋਸਤਾਂ ਵਾਸਤੇ 35 ਲੀਟਰ ਵਾਲੀ ਗਾਂ ਹੈ ਸਾਡੀ ਚੰਗੀ ਮਾਸ਼ਾਅੱਲਾ ਜੀ ਗਾਂ ਵੇ ਅੱਲਾ ਹੈ ਰੱਖਿਓ ਉਮੀਦ ਛੇਦੀ ਹੋਣੀ ਚੈੱਕ ਕਰ ਲਓ ਕਦ ਚੰਗਾ ਵੇ ਰਵੇਲ ਰਵੇਲ ਕਾਫੀ ਮਾਸ਼ਾਅੱਲਾ ਜੀ
ਸਵਾ ਦੂਸਰਾ ਜਾਂ ਤੀਸਰਾ ਦੋਸਤ ਸਮਝ ਲੈਣ ਤੇ ਅਗਰ ਕਿਸੇ ਦੋਸਤ ਭਾਈ ਦੀ ਸਮਝ ਚ ਆਉਂਦੀ ਹੈ ਭਾਈ ਯਾਰਾਂ ਦੇ ਨੰਬਰ ਸਕਰੀਨ ਤੇ ਆ ਰਹੇ ਨੇ ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਜਿਹੜਾ ਪੈਗਾਮ ਕਹਦਾ ਵੀਰ ਵੇਖੋ ਨਾ ਉਹ ਮੱਝ ਸੂਈ ਹੈ ਵੱਡੀ ਠੀਕ ਹੈ ਦੱਸਿਆ ਕਿ ਪਹਿਲੀ ਚਵਾਈ ਦਾ 15 ਲੀਟਰ ਦੁੱਧ ਚੋਇਆ ਅਕਸਰ ਮੱਝਾਂ ਸੂਦੀਆਂ ਤੇ ਦਿਹਾੜੀ ਦੋ ਮਗਰੋਂ ਜਿਹੜਾ ਨਾ ਦੋ ਤਿੰਨ ਦਿਨ ਦੁੱਧ ਘਟਾਉਂਦੀਆਂ ਨੇ ਫਿਰ ਰਾਸਤਾ ਦਿਹਾੜੀ ਮਗਰੋਂ ਦੋ ਤਿੰਨ ਦਿਨ ਦੁੱਧ ਘਟਾਉਂਦੀਆਂ ਨੇ ਸੂਣ ਤੋਂ ਦੋ ਤਿੰਨ ਦਿਨ ਬਾਅਦ ਥਕਾਵਟ ਮਹਿਸੂਸ ਕਰਦੀਆਂ ਠੀਕ ਹੈ ਉਹ ਸੂ ਕਈ ਮੰਨਦੀਆਂ ਕੋਈ ਕੋਈ ਪੱਠੇ ਵੀ ਨਹੀਂ ਪੂਰੇ ਖਾਂਦੀਆਂ ਉਹ ਮੰਨਦੀਆਂ ਫਿਰ ਬਾਅਦ 'ਚ ਆਸਤਾ ਆਸਤਾ 5-7 ਦਿਨਾਂ ਤੋਂ ਬਾਅਦ ਫਿਰ ਆਪਣੀ ਰੇਂਜ 'ਤੇ ਪੂਰਾ ਆ ਜਾਂਦੀਆਂ ਠੀਕ ਹੈ ਹੁਣ ਮਿਸਾਲ ਇਹਦਾ 15 ਸਿਰ ਦੁੱਧ ਦੱਸਿਆ ਕੱਲ੍ਹ ਕੋਈ ਭਰਾ ਸਾਡੇ ਕੋਲ ਲੈਣ ਆਉਂਦਾ ਇਹਨੇ 15 ਸਿਰ ਨਹੀਂ ਦਿੱਤਾ ਇਹਨੇ 10 ਸਿਰ ਦਿੱਤਾ ਜਾਂ 11 ਸਿਰ ਦਿੱਤਾ ਤਾਂ ਉਹ ਲਾਮਾ ਨਹੀਂ ਠੀਕ ਹੈ ਇਹਨੂੰ 2-4 ਦਿਨ ਠਹਿਰ ਕੇ ਸਾਡੀ ਗਰੰਟੀ ਹੋਣੀ ਥਣਾਂ ਦੀ ਥਣਾਂ ਦੇ ਛੱਟਾ ਫੁਹਾਰ ਘੱਟ ਵੱਧ ਹੋਏ ਉਹਦੇ ਹੀ ਜ਼ਿੰਮੇਦਾਰ ਹੋਵਾਂਗੇ ਠੀਕ ਹੈ ਬਾਕੀ ਅੱਲਾ ਦੀ ਸਪੁਰਦੇ ਜੀ ਭਾਈ ਮਿਲਣ ਬਹੁਤ ਸ਼ੁਕਰੀਆ ਜਾਜ਼ਤ ਨੇ ਅੱਲਾ ਹਾਫਿਜ਼